ਜਿਹੜੀਆਂ ਵੀ ਕੌਮਾਂ ਨੇ ਜਦੋਂ ਵੀ ਉਹਨਾਂ ਨੇ ਦੁਨਿਆਵੀ ਵਿੱਦਿਆ ਅਤੇ ਧਾਰਮਿਕ ਵਿੱਦਿਆ ਨੂੰ ਨਾਲ ਲੈ ਕੇ ਜਦੋਂ ਚੱਲੇ ਆ ਤਾਂ ਉਹਨਾਂ ਦੀ ਤਰੱਕੀ ਬਹੁਤ ਜ਼ਿਆਦਾ ਹੁੰਦੀ ਰਹੀ ਆ। ਜਦੋਂ ਇੱਕ ਪੱਖ ਉਹਦੇ 'ਚੋਂ ਵੀਕ ਹੋਇਆ ਅਤੇ ਉਸ ਕੌਮ ਦਾ ਬੇੜਾ ਹੀ ਗਰਕ ਹੋਇਆ। ਦਿੱਲੀ ਵਿੱਚ ਵੇਖ ਲਓ, ਕਿਸੇ ਹੋਰ ਵੀ ਦੇਖ ਲਓ, ਸ਼੍ਰੋਮਣੀ ਕਮੇਟੀ ਨੇ ਵੀ ਉਹਨੇ ਵੀ ਸਕੂਲ ਸ਼ੁਰੂ ਕੀਤੇ, ਲੇਕਿਨ ਜਦੋਂ ਸਕੂਲ ਅਸੀਂ ਸ਼ੁਰੂ ਕੀਤੇ ਤਾਂ ਉਹ ਜਿਹੜੀ ਜਨਰੇਸ਼ਨ ਸੀ ਉਹਦੇ 'ਚ ਜਿਹੜਾ ਸਕੂਲ ਸ਼ੁਰੂ ਕਰਨ ਦਾ ਜਜ਼ਬਾ ਸੀ ਉਹ ਇੱਕ ਬਹੁਤ ਅੱਛੇ ਲੈਵਲ ਦਾ ਔਰ ਹਾਈ ਲੈਵਲ ਦਾ ਸੀ। ਅਤੇ ਹੌਲੀ 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 ਸਾਡੇ ਕੋਲੋਂ ਜਿੰਨੇ ਬੱਚੇ ਸਨ ਉਹ ਛੱਡਣੇ ਸ਼ੁਰੂ ਹੋ ਗਏ, ਜਿਹਦੇ ਨਾਲ ਨੁਕਸਾਨ ਸਾਡਾ ਇਹ ਹੋਇਆ ਕਿ ਸਾਡੀ ਜਿਹੜੀ ਧਾਰਮਿਕ ਵਿੱਦਿਆ ਸੀ ਉਹ ਬਿਲਕੁਲ ਹੀ ਖਤਮ ਹੋ ਗਈ ਔਰ ਜਿਹੜੀ ਦੁਨਿਆਵੀ ਵਿੱਦਿਆ ਸੀ ਉਹਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਅੱਛਾ ਕੰਮ ਕੀਤਾ, ਬੜੇ ਅੱਛੇ ਅੱਛੇ ਅਹੁਦਿਆਂ 'ਤੇ ਪਹੁੰਚ ਗਏ ਨੇ, ਲੇਕਿਨ ਉਹਦੇ ਨਾਲ ਨਾਲ ਉਹਨਾਂ ਸਾਡਾ ਸਰੂਪ ਵੀ ਤਿਆਗਣਾ ਸ਼ੁਰੂ ਕਰ ਦਿੱਤਾ। ਬਗੈਰ ਕਿਸੇ ਪ੍ਰੈਸ਼ਰ ਦੇ ਅਗਰ ਦੂਸਰੀ ਕੰਟਰੀਜ਼ ਦੇ ਲੋਕ ਕਨਵਰਟ ਹੋ ਰਹੇ ਨੇ, ਸਿੱਖੀ ਨੂੰ ਅਡੋਪਟ ਕਰ ਰਹੇ ਨੇ, ਇਸ ਦਾ ਮਤਲਬ ਤਾਂ ਸਾਨੂੰ ਸਮਝਣਾ ਚਾਹੀਦਾ ਨਾ ਕਿ ਅਗਰ ਉਹ ਇਸ ਚੀਜ਼ ਨੂੰ ਅੱਛਾ ਔਰ ਕੁਛ ਵੈਲਿਊਸ ਨੂੰ ਅਡੋਪਟ ਕਰ ਰਹੇ ਨੇ ਤਾਂ ਕੁਛ ਹੈ ਇਹ ਸਾਡੇ ਧਰਮ ਦੇ ਵਿੱਚ। ਫਾਈਨੈਂਸ਼ੀਅਲੀ ਤਾਂ ਜੋ ਚੀਜ਼ ਇਸ ਵੇਲੇ ਹੋ ਚੁੱਕੀ ਹੈ ਉਹਦੇ ਵਿੱਚ ਬਹੁਤ ਸੌਖਾ ਜਿਹਾ ਨਿਕਲਣਾ ਤਾਂ ਮੁਸ਼ਕਲ ਹੈ, ਲੇਕਿਨ ਅਸੀਂ ਦੂਸਰੇ ਪੱਖੋਂ ਜਿਹੜਾ ਕੁਆਲਿਟੀ ਦੇ ਉੱਤੇ ਆਪਣੀ ਕੁਆਲਿਟੀ ਐਜੂਕੇਸ਼ਨ ਔਰ ਉਹਦੇ ਵਿੱਚ ਜਿਹੜਾ ਧਾਰਮਿਕ ਪੱਖ ਆ ਅਗਰ ਅਸੀਂ ਉਹਨੂੰ ਛੱਡ ਦਾਂਗੇ ਤਾਂ ਰਸਤਾ ਬਿਲਕੁਲ ਨਹੀਂ ਜੇ। ਜਨਿਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪ ਜੀ ਦੇ ਰੂਬਰੂ ਕਰਾਉਣ ਜਾ ਰਹੇ ਹਾਂ ਐਜੂਕੇਸ਼ਨ, ਜਦਕਿ ਇਹਦੀ ਜ਼ਰੂਰਤ ਸਾਨੂੰ ਸਕੂਲਾਂ ਦੇ ਵਿੱਚ ਇੱਕ ਅੱਛੇ ਡਿਵਨਿਟੀ ਦੇ ਧਾਰਮਿਕ ਟੀਚਰ ਖੁਦ ਕ੍ਰੀਏਟ ਕਰਕੇ ਉਹ ਇਸਤੇਮਾਲ ਕਰਨੇ ਚਾਹੀਦੇ ਨੇ। ਕੁਮਲ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਹੜਾ ਅਗਰ ਗੱਲ ਕਰੀਏ ਖਾਸ ਕਰ ਸਿੱਖ ਅਦਾਰਿਆਂ ਦੀ, ਤਾਂ ਜੋ ਐਜੂਕੇਸ਼ਨ ਦਾ ਸਟੈਂਡਰਡ ਹੋਣਾ ਚਾਹੀਦਾ ਉਹ ਸਿੱਖ ਅਦਾਰਿਆਂ ਦਾ ਨਹੀਂ ਨਿਕਲ ਕੇ ਆ ਰਿਹਾ, ਇਸ ਦੇ ਕੀ ਕਾਰਨ ਹੋ ਸਕਦੇ ਨੇ? ਦੇਖੋ, ਅਸੀਂ ਅਗਰ ਆਪਣੇ ਪੁਰਾਣੇ ਇਤਿਹਾਸ 'ਚ ਜਾਈਏ, ਜਿਹੜੀਆਂ ਵੀ ਕੌਮਾਂ ਨੇ ਜਦੋਂ ਵੀ ਉਹਨਾਂ ਨੇ ਦੁਨਿਆਵੀ ਵਿੱਦਿਆ ਅਤੇ ਧਾਰਮਿਕ ਵਿੱਦਿਆ ਨੂੰ ਨਾਲ ਲੈ ਕੇ ਜਦੋਂ ਚੱਲੇ ਆ ਤਾਂ ਉਹਨਾਂ ਦੀ ਤਰੱਕੀ ਬਹੁਤ ਜ਼ਿਆਦਾ ਹੁੰਦੀ ਰਹੀ ਆ। ਜਦੋਂ ਇੱਕ ਪੱਖ ਉਹਦੇ 'ਚੋਂ ਵੀਕ ਹੋਇਆ ਅਤੇ ਉਸ ਕੌਮ ਦਾ ਬੇੜਾ ਹੀ ਗਰਕ ਹੋਇਆ। ਸਭ ਦਾ ਸਹਿਯੋਗ ਇਸ ਵਿੱਚ ਚਾਹੀਦਾ ਹੈ, ਕਿਸੇ ਨੂੰ ਆਪਣੀ ਹਰ ਪਾਰਟੀ ਤੋਂ ਅੱਗੇ ਉੱਠ ਕੇ ਇਸ ਵਿੱਚ ਪਾਰਟੀਸਪੇਟ ਕਰੋ ਔਰ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਸ ਨੂੰ ਇੱਕ ਅੱਛੇ ਐਜੂਕੇਸ਼ਨ ਕੰਪਲੀਟ ਗੁਰਸਿੱਖ ਬਣਾ ਕੇ ਕੱਢੀਏ। ਤੋਂ ਮਾਹਰ ਯੋਧਾ ਜਾਂ ਦੂਸਰੇ ਸਾਇੰਟਿਸਟ ਮਹਾਰਾਜਾ ਸਾਡੀ ਰਣਜੀਤ ਸਿੰਘ ਹੋਰਾਂ ਦੇ ਨੌਕਰੀ ਕਰਦੇ ਸਨ ਔਰ ਉਹਦੇ ਨੌਕਰੀ ਕਰਦੇ ਹੋਏ ਵੀ ਉਹ ਆਪਣੇ ਸਾਡੇ ਧਰਮ ਅਨੁਸਾਰ ਆਪਣਾ ਸਰੂਪ ਰੱਖਦੇ ਸਨ। ਅਤੇ ਜੋ ਇਹ ਅਸੀਂ ਅਗਰ ਕਰ ਸਕਦੇ ਸਾਂ ਤਾਂ ਅਸੀਂ ਹੁਣ ਉਦੋਂ ਤੋਂ ਸਾਡੀ ਆਪਣੀ ਲਿਟਰੇਸੀ ਰੇਟ ਕਿਉਂ ਘੱਟ ਆਇਆ, ਕਿੰਨੇ ਘੱਟ ਕੀਤਾ, ਕਿਸ ਤਰ੍ਹਾਂ ਘੱਟ ਕੀਤਾ, ਅਗਰ ਅਸੀਂ ਉਸ ਪੱਖੋਂ ਅਸੀਂ ਅਗਰ ਵੇਖੀਏ ਤਾਂ ਕੋਈ ਐਸੀ ਜ਼ਿਆਦਾ ਵੱਡੀ ਕੋਈ ਸਮੱਸਿਆ ਨਹੀਂ ਆ, ਲੇਕਿਨ ਸਿਰਫ ਅਸੀਂ ਫੋਕਸ ਅਸੀਂ ਜਦੋਂ ਕਰਾਂਗੇ ਤਾਂ ਉੱਥੋਂ ਕੋਈ ਨਾ ਕੋਈ ਸਾਡਾ ਹੱਲ ਨਿਕਲੇਗਾ।
ਅੰਗਰੇਜ਼ਾਂ ਨੇ ਸਾਡੇ ਆਪਣੀ ਸਿੱਧਾ ਇੱਕ ਉਹਨਾਂ ਨੂੰ ਅਸੂਲ ਬਣਾਇਆ ਸੀ ਕਿ ਕਿਸ ਤਰ੍ਹਾਂ ਇਹਨਾਂ ਦੀ ਲਿਟਰੇਸੀ ਰੇਟ ਸਾਡੀ ਘੱਟ ਕੀਤੀ ਜਾਏ, ਅਤੇ ਉਹਦੇ ਵਿੱਚ ਉਹਨਾਂ ਨੇ ਜਿੰਨੇ ਵੀ ਘਰਾਂ ਦੇ ਵਿੱਚ ਕੈਦੇ ਸਨ ਉਹਨਾਂ ਨੂੰ ਰੱਦੀ ਤੋਂ ਜ਼ਿਆਦਾ 4-5 ਗੁਣਾ ਰੇਟ ਲੈ ਕੇ ਉਹਨਾਂ ਦੇ ਕੈਦੇ ਖਰੀਦੇ ਉਹਨਾਂ ਨੇ, ਅਤੇ ਪੜ੍ਹਨ ਵਾਸਤੇ ਉਹਨਾਂ ਕੁਛ ਛੱਡਿਆ ਹੀ ਨਹੀਂ ਘਰਾਂ ਦੇ ਵਿੱਚ, ਅਤੇ ਅਸੀਂ ਸਾਡਾ ਲਿਟਰੇਸੀ ਰੇਟ ਥੱਲੇ ਆਉਣ ਲੱਗ ਪਿਆ, ਅਸੀਂ ਪਿੱਛੇ ਰਹਿ ਗਏ। ਉਸੇ ਚੀਜ਼ ਨੂੰ ਹੁਣ ਜੇ ਬਾਅਦ 'ਚ ਅਸੀਂ ਰਿਅਲਾਈਜ਼ ਕੀਤਾ ਆਪਣੇ ਜਦੋਂ ਅਸੀਂ ਸਿੱਖਾਂ ਨੇ ਸੰਭਲੇ ਔਰ ਇੱਕ ਆਜ਼ਾਦ ਕੌਮ ਇੱਕ ਕਾਇਮ ਹੋਈ ਔਰ ਇੰਡੀਆ ਦੇ ਵਿੱਚ ਅੱਗੇ ਅਸੀਂ ਜਦੋਂ ਪ੍ਰੋਗਰੈਸ ਕਰਨ ਲੱਗੇ ਤਾਂ ਇੱਕ ਮਹਿਸੂਸ ਕੀਤਾ ਗਿਆ। ਜਦੋਂ ਅਸੀਂ ਇੰਡੀਪੈਂਡੈਂਸ ਦੀ ਲੜਾਈ ਵੀ ਇੱਕ ਸ਼ੁਰੂ ਤੋਂ ਉਹਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ, ਅਤੇ ਉਦੋਂ ਵੀ ਇੱਕ ਪੜ੍ਹਾਈ ਦੇ ਬਾਰੇ ਇੱਕ ਉੱਦਮ ਕੀਤਾ ਗਿਆ। ਲਾਹੌਰ ਦੇ ਵਿੱਚ ਵੀ ਇੱਕ ਕਾਲਜ ਸ਼ੁਰੂ ਕੀਤੇ ਗਏ, ਖਾਲਸਾ ਕਾਲਜ ਸ਼ੁਰੂ ਕੀਤੇ ਗਏ। ਉਹਨਾਂ ਦਾ ਮਕਸਦ ਰਿਹਾ ਕੁਛ, ਔਰ ਅਸੀਂ ਹੌਲੀ ਹੌਲੀ ਹਰ ਜਿੱਥੇ ਵੀ ਗੁਰਦੁਆਰੇ ਸਨ ਉੱਥੇ ਇਹਨਾਂ ਨੇ ਨਾਲ ਨਾਲ ਇੱਕ ਸਕੂਲ ਦੀ ਜ਼ਰੂਰਤ ਵੀ ਮਹਿਸੂਸ ਕਰਕੇ ਉਹਨਾਂ ਨੂੰ ਸ਼ੁਰੂ ਕੀਤਾ ਗਿਆ। ਦਿੱਲੀ ਵਿੱਚ ਵੇਖ ਲਓ, ਕਿਸੇ ਹੋਰ ਵੀ ਦੇਖ ਲਓ, ਸ਼੍ਰੋਮਣੀ ਕਵਿਤਾ ਕਮੇਟੀ ਨੇ ਵੀ ਉਹਨੇ ਵੀ ਸਕੂਲ ਸ਼ੁਰੂ ਕੀਤੇ, ਲੇਕਿਨ ਜਦੋਂ ਸਕੂਲ ਅਸੀਂ ਸ਼ੁਰੂ ਕੀਤੇ ਤਾਂ ਉਹ ਜਿਹੜੀ ਜਨਰੇਸ਼ਨ ਸੀ ਉਹਦੇ 'ਚ ਜਿਹੜਾ ਸਕੂਲ ਸ਼ੁਰੂ ਕਰਨ ਦਾ ਜਜ਼ਬਾ ਸੀ ਉਹ ਇੱਕ ਬਹੁਤ ਅੱਛੇ ਲੈਵਲ ਦਾ ਔਰ ਹਾਈ ਲੈਵਲ ਦਾ ਸੀ। ਉਹਦੇ 'ਚ ਆਪਣਾ ਉਹਨਾਂ ਦਾ ਕੋਈ ਇੰਟਰਸਟ ਨਹੀਂ ਰਿਹਾ, ਅਤੇ ਉਹ ਕੁਆਲਿਟੀ 'ਤੇ ਉਹਨਾਂ ਨੇ ਸ਼ੁਰੂ ਕੀਤੇ, ਅਤੇ ਉਹ ਕਿਸੇ ਲਿਮਿਟ 'ਤੇ ਅੱਗੇ ਪ੍ਰੋਗਰੈਸ ਕਰਦੇ ਗਏ। ਪਰ ਜਦੋਂ ਅਗਲੀਆਂ ਜਨਰੇਸ਼ਨਾਂ ਆਈਆਂ ਉਹਨਾਂ ਨੇ ਉਸ ਚੀਜ਼ ਨੂੰ ਇੱਕ ਆਪਣਾ ਧਰੋਧਰ ਆਪਣੀ ਸਮਝ ਲਈ ਕਿ ਆਪਣੀ ਪ੍ਰੋਪਰਟੀ ਸਮਝ ਕੇ ਕਿ ਅਸੀਂ ਹੁਣ ਓਨਰ ਹਾਂ, ਨਾ ਕਿ ਅਸੀਂ ਇੱਕ ਪਾਰਟੀਸੀਪੈਂਟ ਹਾਂ, ਨਾ ਕਿ ਇਹ ਸੰਗਤ ਦੇ ਰੂਪ 'ਚ ਇਹਦੀ ਸੇਵਾ ਕਰਨੀ ਹੈ। ਉਹ ਜਿਹੜਾ ਹਿੱਸਾ ਉਹ ਖਤਮ ਹੋ ਗਿਆ ਔਰ ਉਹਨਾਂ ਨੇ ਆਪਣੀ ਇੱਕ ਓਨਰਸ਼ਿਪ ਨਾਲ ਉਸ ਅਦਾਰੇ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਉਹਦੇ ਨਾਲ ਆਹ ਸਾਰੀਆਂ ਕਮੀਆਂ ਆਉਣੀਆਂ ਸ਼ੁਰੂ ਹੋ ਗਈਆਂ, ਅਤੇ ਹੌਲੀ ਹੌਲੀ ਸਾਡਾ ਵੀ ਜਿਹੜਾ ਸਟੈਂਡਰਡ ਹੈ ਉਹ ਥੱਲੇ ਜਾਣ ਲੱਗ ਪਿਆ। ਔਰ ਜਿਹੜਾ ਸਿੱਖਾਂ ਦੇ ਵਿੱਚ ਜੋ ਇੱਕ ਪਬਲਿਕ ਸਕੂਲ ਦੀ ਫੀਸ ਜਾਂ ਚੀਜ਼ਾਂ ਇਹ ਅਫੋਰਡ ਕਰ ਸਕਦਾ ਸੀ ਸਿੱਖ, ਉਹਨੇ ਸਿੱਖ ਅਦਾਰਿਆਂ ਨੂੰ ਛੱਡ ਕੇ ਦੂਸਰੇ ਜਿਹੜੇ ਪਬਲਿਕ ਸਕੂਲ ਆ ਉਹਨਾਂ ਵੱਲ ਆਪਣੇ ਬੱਚੇ ਪਾਉਣੇ ਸ਼ੁਰੂ ਕਰ ਦਿੱਤੇ। ਇਹਦੇ ਨਾਲ ਸਾਡੇ ਕੋਲ ਜਿਹੜੇ ਬੱਚਿਆਂ ਦੀ ਜਿਹੜੀ ਲੈਵਲ ਆ ਉਹ ਬੜੇ ਥੱਲੇ ਲੈਵਲ 'ਤੇ ਅਸੀਂ ਸਾਨੂੰ ਮਿਲਣੇ ਸ਼ੁਰੂ ਹੋ ਗਏ। ਹੁਣ ਜਦੋਂ ਸਾਡੀ ਪਨੀਰੀ ਦੇ ਵਿੱਚ ਹੀ ਉਹ ਕਮੀਆਂ ਆ ਗਈਆਂ, ਤਾਂ ਇੱਕ ਉਹਨੂੰ ਕਿਸ ਤਰ੍ਹਾਂ ਅਸੀਂ ਉੱਪਰ ਲੈ ਕੇ ਜਾ ਸਕਦੇ ਹਾਂ, ਇਸ ਵਾਲੇ ਪਾਸੇ ਸੋਚਣਾ ਵੀ ਅਸੀਂ ਬੰਦ ਕਰ ਦਿੱਤਾ। ਅਤੇ ਹੌਲੀ 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 ਸਾਡੇ ਕੋਲੋਂ ਜਿੰਨੇ ਬੱਚੇ ਸਨ ਉਹ ਛੱਡਣੇ ਸ਼ੁਰੂ ਹੋ ਗਏ, ਜਿਹਦੇ ਨਾਲ ਨੁਕਸਾਨ ਸਾਡਾ ਇਹ ਹੋਇਆ ਕਿ ਸਾਡੀ ਜਿਹੜੀ ਧਾਰਮਿਕ ਵਿੱਦਿਆ ਸੀ ਉਹ ਬਿਲਕੁਲ ਹੀ ਖਤਮ ਹੋ ਗਈ, ਔਰ ਜਿਹੜੀ ਦੁਨਿਆਵੀ ਵਿੱਦਿਆ ਸੀ ਉਹਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਅੱਛਾ ਕੰਮ ਕੀਤਾ, ਬੜੇ ਅੱਛੇ ਅੱਛੇ ਅਹੁਦਿਆਂ 'ਤੇ ਪਹੁੰਚ ਗਏ ਨੇ। ਲੇਕਿਨ ਉਹਦੇ ਨਾਲ ਨਾਲ ਉਹਨਾਂ ਸਾਡਾ ਸਰੂਪ ਵੀ ਤਿਆਗਣਾ ਸ਼ੁਰੂ ਕਰ ਦਿੱਤਾ, ਜਿਹਦਾ ਨੁਕਸਾਨ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਡੇ ਧਰਮ ਦੀਆਂ ਕੁਆਲਿਟੀਜ਼ ਵੈਲਿਊਸ ਨੂੰ ਵੇਖਦੇ ਹੋਏ ਬਗੈਰ ਕਿਸੇ ਪ੍ਰੈਸ਼ਰ ਦੇ ਅਗਰ ਦੂਸਰੀ ਕੰਟਰੀਜ਼ ਦੇ ਲੋਕ ਕਨਵਰਟ ਹੋ ਰਹੇ ਨੇ, ਸਿੱਖੀ ਨੂੰ ਅਡੋਪਟ ਕਰ ਰਹੇ ਨੇ, ਇਸ ਦਾ ਮਤਲਬ ਤਾਂ ਸਾਨੂੰ ਸਮਝਣਾ ਚਾਹੀਦਾ ਨਾ ਕਿ ਅਗਰ ਉਹ ਇਸ ਚੀਜ਼ ਨੂੰ ਅੱਛਾ ਔਰ ਕੁਛ ਵੈਲਿਊਸ ਨੂੰ ਅਡੋਪਟ ਕਰ ਰਹੇ ਨੇ ਤਾਂ ਕੁਛ ਹੈ ਸਾਡੇ ਧਰਮ ਦੇ ਵਿੱਚ। ਅਸੀਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਇੱਕ ਛੋਟੇ ਜਿਹੇ ਰਾਹ ਦੇ ਵਿੱਚ ਠੀਕ ਤਰ੍ਹਾਂ ਚਲਾ ਕੇ, ਅਤੇ ਕਿਉਂ ਨਹੀਂ ਅਸੀਂ ਅੱਗੇ ਵੱਧ ਸਕਦੇ? ਜੋ
ਹਾਲੇ ਤੱਕ ਉਪਰਾਲੇ ਹੋ ਰਹੇ ਨੇ, ਉਹਨਾਂ ਵਿੱਚ ਕਿਤੇ ਨਾ ਕਿਤੇ ਤਾਂ ਹੁਣ ਕਮੀ ਹੈ, ਜਿਹੜੀ ਅਸੀਂ ਆਪ ਬੁੱਧੀਜੀਵੀ ਬੈਠ ਕੇ ਸੋਚਣ ਵਿਚਾਰਨ ਅਤੇ ਕੋਈ ਨਾ ਕੋਈ ਰਸਾ ਨਿਕਲ ਸਕਦਾ ਹੈ। ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਜਿਵੇਂ ਬੁੱਧੀਜੀਵੀਆਂ ਦੀ ਤੁਸੀਂ ਗੱਲ ਕੀਤੀ, ਕਿਸ ਤਰ੍ਹਾਂ ਦੇ ਉਹਦਾ ਪ੍ਰਰੂਪ ਹੋਣਾ ਚਾਹੀਦਾ ਹੈ ਕਿ ਸਭ ਨੂੰ ਇੱਕਜੁੱਟ ਕਰਕੇ ਜਿਹੜਾ ਅਗਰ ਗੱਲ ਕੀਤੀ ਜਾਏ ਤਾਂ ਵਿਪਕਸ਼ ਸਭ ਨੂੰ ਮਿਲ ਕੇ ਤੁਹਾਨੂੰ ਲੱਗਦਾ ਹੈ ਕਿ ਇਕੱਠੇ ਹੋ ਕੇ ਇਹਦੇ 'ਤੇ ਸੋਚ ਰੱਖਣੀ ਚਾਹੀਦੀ, ਤਦੇ ਕੋਈ ਸੁਧਾਰ ਹੋ ਸਕਦਾ? ਦੇਖੋ ਸਿੱਧੀ ਗੱਲ ਆ, ਇਹਦੇ 'ਚ ਤਾਂ ਇੱਕ ਡਿਸਿਪਲਿਨ ਫਾਈਨੈਂਸ਼ੀਅਲ ਔਰ ਆਪਣੀ ਵੈਲਿਊਸ ਦਾ ਵੀ ਰੱਖਣਾ ਪਏਗਾ। ਔਰ ਹਰੇਕ ਕੋਈ ਚਾਹੁੰਦਾ, ਜਦੋਂ ਅਸੀਂ ਗੁਰੂ ਦੀ ਗੱਲ ਕਰ ਦਿੰਦੇ ਹਾਂ ਤਾਂ ਹਰੇਕ ਕੋਈ ਇੱਕ ਆਪਣੀ ਸੈਲਫ ਜਿਹੜੀ ਆ ਈਗੋ ਛੱਡ ਕੇ ਇਕੱਠੇ ਹੋਣ ਨੂੰ ਤਿਆਰ ਹੋ ਜਾਂਦੇ ਨੇ। ਇੱਕ ਚੈਲੇਂਜ ਜਦੋਂ ਅਸੀਂ ਕ੍ਰੀਏਟ ਕਰਾਂਗੇ ਤਾਂ ਸਾਰੇ ਆਪਣੇ ਆਪ ਨਾਲ ਜੁੜਦੇ ਨੇ। ਪਰ ਐਸੇ ਵੇਲੇ ਅਸੀਂ ਆਪਣੇ ਸੈਟਅਪ ਦੇ ਵਿੱਚ ਜਿਹੜੀਆਂ ਦੂਸਰੀਆਂ ਪੋਲੀਟੀਕਲ ਜਿਹੜੀਆਂ ਆਪਣੇ ਦੇਸ਼ ਦੀਆਂ ਪਾਰਟੀਆਂ ਨੇ ਉਹਦੇ ਨਾਲ ਜਦੋਂ ਅਸੀਂ ਇਨਕਲੀਨੇਸ਼ਨ ਜਾਂ ਉਹਨਾਂ ਦੇ ਨਾਲ ਕੋਈ ਸਹਿਮਤੀ ਆਪਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਉਸ ਚੀਜ਼ ਦਾ ਫਾਇਦਾ ਉਠਾ ਕੇ ਸਾਡੇ ਵਿੱਚ ਪਾੜ ਪਾਉਣ ਦੇ ਵਿੱਚ ਬਹੁਤ ਸਕਸੈਸਫੁਲ ਹੋ ਰਹੇ ਨੇ ਇਸ ਵੇਲੇ ਤੇ। ਲੇਕਿਨ ਸਾਨੂੰ ਆਪ ਨੂੰ ਚਾਹੀਦਾ ਕਿ ਅਸੀਂ ਇਕੱਠੇ ਹੋ ਕੇ ਬੈਠ ਕੇ ਕਿਉਂ ਨਾ ਆਪਣਾ ਇਹ ਜਿਹੜੀ ਜ਼ਰੂਰੀ ਪੱਖ ਆ ਸਾਡਾ ਆਪਣੇ ਜੀਵਨ ਦੇ ਵਿੱਚ, ਜਿਹੜਾ ਅਸੀਂ ਆਪਣੇ ਸਤਿਗੁਰੂ ਨੂੰ ਜੋ ਸਾਨੂੰ ਇਸ ਵਿੱਚ ਭੇਜਿਆ ਸਾਡੇ ਵਾਸਤੇ ਇਸ ਧਰਮ ਦੇ ਵਿੱਚ ਜਿਹੜਾ ਵੈਲਿਊਜ਼ ਪਾਈਆਂ, ਸਾਨੂੰ ਨਾਲ ਲੈ ਕੇ ਸੰਗਤ ਰੂਪ ਬਣਾਇਆ, ਸਾਨੂੰ ਉਹਦੇ ਉੱਤੇ ਪੈਰਾ ਦੇਣਾ ਚਾਹੀਦਾ। ਕਮਲ ਸਾਹਿਬ, ਅਗਰ ਗੱਲ ਕਰੀਏ ਤਾਂ ਸਾਡੇ ਪੁਰਖਾਂ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਵੀ ਸ਼ੁਰੂਆਤ ਕੀਤੀ ਗਈ ਸੀ, ਇੱਕ ਗੁਰੂ ਕ੍ਰਿਸ਼ਨ ਪਬਲਿਕ ਸਕੂਲ ਦੀ ਸਟਾਰਟਅਪ ਹੋਈ ਸੀਗੀ ਔਰ ਦੇਖਦੇ ਦੇਖਦੇ ਉਹਦੇ 13 ਜਿਹੜੀਆਂ ਸ਼ਾਖਾਵਾਂ ਖੁੱਲ੍ਹ ਗਈਆਂ। ਲੇਕਿਨ ਉਸ ਜਨਰੇਸ਼ਨ ਦੇ, ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਗੱਲ ਕੀਤੀ ਜਨਰੇਸ਼ਨ ਦੀ ਗੱਲ ਕੀਤੀ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਸਕੂਲਾਂ ਦੀ ਹਾਲਤ ਹੈ ਹੋ ਚੁੱਕੀ ਹੈ ਕਿ ਭਾਵੇਂ ਉਹਦੇ ਲਈ ਜ਼ਿੰਮੇਵਾਰ ਕੋਈ ਵੀ ਹੋਵੇ, ਜਿਹੜੀ ਮੌਜੂਦਾ ਕਮੇਟੀ ਹਾਲਾਂਕਿ ਕਾਫੀ ਕੰਮ ਕਰ ਰਹੀ ਹੈ, ਜਿਹੜੀ ਪੁਰਾਣੇ ਬਕਾਇਆ ਨੇ ਉਹਨਾਂ ਨੂੰ ਵੀ ਦੇ ਰਹੀ ਹੈ, ਲੇਕਿਨ ਉਸਦੇ ਬਾਵਜੂਦ ਸਕੂਲ ਲਗਾਤਾਰ ਜਿਹੜਾ ਕ੍ਰਾਈਸਿਸ ਵੱਲ ਜਾ ਰਹੇ ਨੇ। ਕਿਉਂ? ਕਿਉਂਕਿ ਬਕਾਇਆ ਬਹੁਤ ਜ਼ਿਆਦਾ ਹੈਗਾ, ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ। ਕੀ ਲੱਗਦਾ ਤੁਹਾਨੂੰ ਹੁਣ ਕਿਸ ਤਰ੍ਹਾਂ ਦੇ ਜਿਹੜੇ ਨੇ ਆਪਣਾ ਸਾਧਨ ਉਹਨਾਂ ਵੱਲੋਂ ਅਪਣਾਏ ਜਾਣ ਕਿ ਸਕੂਲ ਸਾਡੇ ਜਿਹੜੇ ਨੇ ਬਚ ਸਕਣ? ਦੇਖੋ, ਫਾਈਨੈਂਸ਼ੀਅਲੀ ਤਾਂ ਜੋ ਚੀਜ਼ ਇਸ ਵੇਲੇ ਹੋ ਚੁੱਕੀ ਹੈ ਉਹਦੇ ਵਿੱਚ ਬਹੁਤ ਸੌਖਾ ਜਿਹਾ ਨਿਕਲਣਾ ਤਾਂ ਮੁਸ਼ਕਲ ਹੈ। ਲੇਕਿਨ ਅਸੀਂ ਦੂਸਰੇ ਪੱਖੋਂ ਜਿਹੜਾ ਕੁਆਲਿਟੀ ਦੇ ਉੱਤੇ ਆਪਣੀ ਕੁਆਲਿਟੀ ਐਜੂਕੇਸ਼ਨ ਔਰ ਉਹਦੇ ਵਿੱਚ ਜਿਹੜਾ ਧਾਰਮਿਕ ਪੱਖ ਆ, ਅਗਰ ਅਸੀਂ ਉਹਨੂੰ ਛੱਡ ਦਾਂਗੇ ਤਾਂ ਰਸਤਾ ਬਿਲਕੁਲ ਨਹੀਂ ਜੇ। ਸਾਨੂੰ ਉਹਦੇ ਵੱਲ ਧਿਆਨ ਦੇ ਕੇ ਕਮ ਸੇ ਕਮ ਆਪਣੀ ਕੁਆਲਿਟੀ ਵਧਾਓ ਔਰ ਧਾਰਮਿਕ ਜਿਹੜੀ ਸਿੱਖਿਆ ਆ ਇਹਦੇ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ। ਜੋ ਅਸੀਂ ਸੋਚਦੇ ਹਾਂ ਕਿ ਅਸੀਂ ਅੱਜ ਤੱਕ ਸਮਝਦੇ ਹਾਂ ਕਿ ਸਾਡੀ ਜਿਹੜੀ ਧਾਰਮਿਕ ਸਿੱਖਿਆ ਆ ਇਹ ਬਸ ਸਕੂਲਾਂ ਦੇ ਆਪਣੇ ਗੁਰਦੁਆਰੇ ਦੇ ਵਿੱਚੋਂ ਹੀ ਦਿੱਤੀ ਜਾ ਸਕਦੀ ਆ, ਹੋਰ ਕਿਤੋਂ ਨਹੀਂ ਦਿੱਤੀ ਜਾ ਸਕਦੀ। ਜਦਕਿ ਇਹਦੀ ਜ਼ਰੂਰਤ ਸਾਨੂੰ ਸਕੂਲਾਂ ਦੇ ਵਿੱਚ ਇੱਕ ਅੱਛੇ ਡਿਵਨਿਟੀ ਦੇ ਧਾਰਮਿਕ ਟੀਚਰ ਖੁਦ ਕ੍ਰੀਏਟ ਕਰਕੇ ਉਹ ਇਸਤੇਮਾਲ ਕਰਨੇ ਚਾਹੀਦੇ ਨੇ, ਨਾ ਕਿ ਐਵੇਂ ਛੇਵੇਂ ਹੀ ਬਸ ਇੱਕ ਸਿਲੇਬਸ ਕਰਵਾ ਕੇ ਉਹਦੇ ਨਾਲ ਕੋਈ ਸਹਾਇਤਾ ਨਹੀਂ ਮਿਲਦੀ ਪਈ ਸਾਨੂੰ। ਔਰ ਜੇ ਅਗਰ ਤੁਸੀਂ ਪਿਛਲਾ ਪਿਛੋਕੜ ਵੇਖੋ, ਜਦੋਂ ਅਸੀਂ ਕਹਿੰਦੇ ਹਾਂ ਕਿ ਜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਕੂਲ ਬਹੁਤ ਅੱਛੇ ਸਨ, ਅਗਰ ਅਸੀਂ ਉਦੋਂ ਦੇ ਐਨਾਲਾਈਜ਼ ਕਰੀਏ ਤਾਂ ਵੇਖੋ ਕਿ ਉਦੋਂ ਵਿੱਚ ਇੱਕ ਧਾਰਮਿਕ ਜਿਹੜੇ ਟੀਚਰ ਸਨ ਸਾਡੇ ਕੋਲ ਬੜੇ ਅੱਛੀ ਕੁਆਲਿਟੀ ਦੇ ਸਨ, ਜਿਨ੍ਹਾਂ ਦੀ ਜਿਹੜਾ ਉਹਨਾਂ ਦਾ ਪਹਿਨਾਵਾ, ਉਹਨਾਂ ਦੀ ਆਪਣੀ ਵਰਤੋਂ, ਉਹਨਾਂ ਦਾ ਕਰੈਕਟਰ ਉਹਦੇ ਵਿੱਚ ਪੂਰਾ ਉਹਨਾਂ ਸਿੱਖੀ ਦੇ ਅਨੁਸਾਰ ਚੱਲਦੇ ਸਨ।
ਉਹਨਾਂ ਵਿੱਚ ਇੱਕ ਡਾਕਟਰ ਪਿਸ਼ੋਰਾ ਸਿੰਘ ਜਿਹੜੇ ਨੇ ਉਹ ਦੇਖੋ ਬਾਅਦ 'ਚ ਉਹਨਾਂ ਕਿਤਾਬਾਂ ਵੀ ਲਿਖੀਆਂ ਔਰ ਜਾ ਕੇ ਕੈਨੇਡਾ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਉਹ ਸਕਸੈਸਫੁਲ ਹੋਏ। ਪਰ ਇੱਥੇ ਵਿੱਚ ਜਦੋਂ ਉਹਨਾਂ ਨੇ ਯੋਗਦਾਨ ਦਿੱਤਾ ਤਾਂ ਸਾਡੇ ਬੱਚੇ ਕਿਵੇਂ ਜੁੜੇ ਉਸ ਵੇਲੇ ਸਿੱਖਾਂ ਦੇ ਵਿੱਚ ਕਿੰਨੀ ਉਹ ਜੇ ਇੱਕ ਮੁਹਿੰਮ ਚੱਲੀ ਸੀ ਕਿ ਸਾਡਾ ਬੱਚਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਪੜ੍ਹੇ। ਅਸੀਂ ਉਦੋਂ ਸਕੂਲ ਤਾਂ ਖੋਲ੍ਹ ਲਏ ਜਿਹੜੇ ਇੱਕ ਦੋ ਸਕੂਲ ਪਹਿਲੇ ਵੱਡੇ ਇੰਡੀਆ ਗੇਟ ਹੋਇਆ ਜਾਂ ਬਸੰਤ ਵਿਹਾਰ ਹੋਇਆ ਅਸੀਂ ਕੁਆਲਿਟੀ ਮੇਨਟੇਨ ਕੀਤੀ। ਲੇਕਿਨ ਜਦੋਂ ਅਸੀਂ ਉਹਦੇ ਵਿੱਚ ਹੋਰ ਸਪੋਰਟਿੰਗ ਸਕੂਲ ਉਹਨਾਂ ਵਿੱਚ ਫੀਡਰ ਸਕੂਲ ਜਦੋਂ ਅਸੀਂ ਕ੍ਰੀਏਟ ਕੀਤੇ ਅਤੇ ਉਹ ਆਪਣਾ ਇੱਕ ਫੀਡਰ ਨਾ ਬਣ ਕੇ ਇੱਕ ਪੂਰਨ ਸਕੂਲ ਬਣਨਾ ਸ਼ੁਰੂ ਹੋ ਗਏ ਅਤੇ ਜਿਹਦੇ ਵਿੱਚ ਉਹ ਜਿਹੜੀਆਂ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਸਨ ਪਬਲਿਕ ਸਕੂਲ ਦੀ ਉਹ ਨਹੀਂ ਸਨ। ਉਹਦੇ ਨਾਲ ਉਹ ਇੱਕ ਖਲਾਰਾ ਜਿਹਾ ਪੈ ਗਿਆ ਔਰ ਅਸੀਂ ਉਸ ਕੁਆਲਿਟੀ ਨੂੰ ਮੋਨੀਟਰ ਬਿਲਕੁਲ ਨਹੀਂ ਕੀਤਾ ਔਰ ਜਦੋਂ ਕ੍ਰਾਈਸਿਸ ਆਈਆਂ ਸ਼ੁਰੂ ਹੋਈਆਂ ਤਾਂ ਅਸੀਂ ਉਹਦੇ ਅੱਗੇ ਛੱਡ ਹੀ ਦਿੱਤਾ ਜਾਂ ਬਿਲਕੁਲ ਉਸ ਪਾਸੇ ਅਸੀਂ ਧਿਆਨ ਹੀ ਨਹੀਂ ਦਿੱਤਾ ਔਰ ਸਲੋਲੀ ਉਸ ਗਿਰਾਵਟ ਨੂੰ ਅਸੀਂ ਅਣਦੇਖਿਆ ਜਿਹਾ ਕਰ ਦਿੱਤਾ। ਹੁਣ ਅਗਰ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਸਿੱਖ ਐਜੂਕੇਸ਼ਨ ਦੇ ਉੱਤੇ ਜਿਹੜਾ ਅਗਰ ਚਿੰਤਾ ਪ੍ਰਗਟ ਕਰਦੇ ਇੱਕ ਸਿੱਖ ਐਜੂਕੇਸ਼ਨ ਬੋਰਡ ਬਣਾਉਣ ਦੀ ਗੱਲ ਕੀਤੀ ਗਈ ਹੈ, ਜਿਸ ਤੋਂ ਬਾਅਦ ਜਿਹੜਾ ਹੈਗਾ ਚੀਫ ਖਾਲਸਾ ਦੀਵਾਨ ਅੱਗੇ ਆਈ ਹੈ ਤਾਂ ਉਸਨੇ ਪਹਿਲ ਕਰਦੇ ਹੋਏ ਬੋਰਡ ਬਣਾਉਣ ਦੀ ਜਿਹੜਾ ਉਹਨੂੰ ਮਨਜ਼ੂਰੀ ਵੀ ਦੇ ਦਿੱਤੀ ਔਰ ਬੋਰਡ ਬਣਾਉਣ ਜਿਹੜਾ ਜਾ ਰਹੇ ਨੇ। ਦੇਖੋ ਇਹ ਅਕਾਲ ਤਖਤ ਸਾਹਿਬ ਦੀ ਅਸੀਂ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਔਰ ਬਹੁਤ ਧੰਨਵਾਦ ਵੀ ਕਰਦੇ ਹਾਂ ਕਿ ਇਹ ਜੋ ਉਪਰਾਲਾ ਹੈ ਇਹ ਇਸ ਵੇਲੇ ਦੀ ਸਾਡੀ ਲੋੜ ਹੈ, ਬਹੁਤ ਜ਼ਿਆਦਾ ਲੋੜ ਹੈ ਔਰ ਇਸ ਵਿੱਚੋਂ ਕੋਈ ਨਾ ਕੋਈ ਸਾਨੂੰ ਰਸਤਾ ਨਿਕਲੇਗਾ। ਔਰ ਚੀਫ ਖਾਲਸਾ ਦੀਵਾਨ ਕਾਫੀ ਦੇਰ ਤੋਂ ਇੱਕ ਪਾਸੇ ਬੈਠਾ ਹੋਇਆ ਸੀ ਪਰ ਉਹਨਾਂ ਨੇ ਆਪਣੇ ਉਪਰਾਲੇ ਕੀਤੇ ਨੇ ਆਪਣੀ ਥਾਂ 'ਤੇ ਪਰ ਇੰਨੇ ਅਦਾਰੇ ਉਹਨਾਂ ਕੋਲੋਂ ਵੀ ਜ਼ਿਆਦਾ ਨਹੀਂ ਬਣੇ। ਪਰ ਉਹ ਅਗਰ ਜਿਸ ਤਰ੍ਹਾਂ ਇੱਕ ਸੁਝਾਅ ਮਿਲਿਆ ਹੈ ਕਿ ਉਹ ਇੱਕ ਟੀਮ ਬਣਾ ਕੇ ਕਮੇਟੀ ਬਣਾ ਕੇ ਅਤੇ ਉਸ ਤੋਂ ਇੱਕ ਸੁਝਾਅ ਕੱਢਣਗੇ ਅਤੇ ਫਿਰ ਉਹਦੇ ਅਨੁਸਾਰ ਸਾਰੇ ਕੰਮ ਅੱਗੇ ਵਧਣਗੇ, ਇਹ ਇੱਕ ਅੱਛੀ ਗੱਲ ਹੈ। ਉਹਨਾਂ ਨੂੰ ਸਾਡੇ ਕੋਲ ਆਪਣੇ ਸਿੱਖਾਂ ਦੇ ਵਿੱਚ ਇਹ ਵੱਧ ਤੋਂ ਵੱਧ ਇੱਕ ਤੋਂ ਇੱਕ ਵੱਧ ਕੇ ਸਾਡੇ ਕੋਲ ਐਕਸਪੀਰੀਅੰਸ ਪਰਸਨਸ ਹੈਗੇ ਨੇ ਜਿਹੜੇ ਵੱਖਰੇ ਵੱਖਰੇ ਐਕਸਪੀਰੀਅੰਸ ਦੇ ਨਾਲ ਆਏ ਨੇ ਔਰ ਵੱਖਰੀ ਵੱਖਰੀ ਫੀਲਡਸ ਵਿੱਚੋਂ ਵੀ ਆ ਰਹੇ ਨੇ, ਕੋਈ ਬੈਂਕਰਸ ਨੇ ਕੋਈ ਕਿਸਾਨ, ਅਤੇ ਉਹ ਅਗਰ ਨਾਲ ਲੈ ਕੇ ਸਭ ਦਾ ਓਪਨ ਇੱਕ ਡਿਬੇਟ ਕ੍ਰੀਏਟ ਕਰਕੇ ਕੁਛ ਚੀਜ਼ਾਂ ਕੱਢਣਗੇ ਤਾਂ ਜ਼ਰੂਰ ਅਸੀਂ ਸਫਲ ਹੋਵਾਂਗੇ ਔਰ ਇਹ ਜ਼ਰੂਰ ਹੈ। ਪਰ ਲੇਕਿਨ ਧਾਰਮਿਕ ਜਿਹੜੀ ਆ ਸਿੱਖਿਆ ਹੈ ਉਹਨੂੰ ਅਸੀਂ ਨਹੀਂ ਛੱਡਣਾ ਚਾਹੀਦਾ। ਅਸੀਂ ਕ੍ਰਿਸ਼ਚਨਸ ਵੇਖ ਲਓ, ਮੁਸਲਿਮ ਵੇਖ ਲਓ, ਕੀ ਉਹਨਾਂ ਦੇ ਮਦਰੱਸੇ ਨਹੀਂ ਹੈ? ਇਹ ਕ੍ਰਿਸ਼ਚਨੈਨਿਟੀ ਦੇ ਵਿੱਚ ਕੀ ਉਹ ਆਪਣੀ ਵਿੱਦਿਆ ਨਹੀਂ ਦੇ ਰਹੇ? ਉਹਨਾਂ ਦੇ ਵਿੱਚ ਜਿਹੜੇ ਦੇਣ ਵਿੱਦਿਆ ਦੇਣ ਵਾਲੇ ਸਕੂਲਾਂ ਦੇ ਵਿੱਚ ਨੇ ਇੱਕ ਟ੍ਰੇਨ ਟੀਚਰ ਨੇ, ਅਤੇ ਅਸੀਂ ਵੀ ਕਿਉਂ ਨਾ ਉਸ ਪਾਸਿਓਂ ਇੱਕ ਟ੍ਰੇਨ ਟੀਚਰ ਕ੍ਰੀਏਟ ਕਰਕੇ ਅਤੇ ਉਹ ਆਪਣੀ ਵਿੱਦਿਆ ਦੇ ਵਿੱਚ ਇੱਕ ਐਸੈਂਸ਼ੀਅਲ ਸਬਜੈਕਟ ਨੂੰ ਬਣਾ ਕੇ ਕਿਉਂ ਨਹੀਂ ਅਸੀਂ ਉਹਨਾਂ ਨੂੰ ਦ੍ਰਿੜ ਕਰਦੇ? ਇੱਕ ਚੀਜ਼ ਨੂੰ ਅਸੀਂ ਜਦੋਂ ਅੱਛਾ ਕਰਾਂਗੇ ਤਾਂ ਸਾਡੇ ਸਾਨੂੰ ਚਾਹੀਦਾ ਹੈ ਕਿ ਸਾਡੇ ਕੌਮ ਜਿਹੜੀ ਹੈ ਸਾਡੇ ਨਾਲ ਜੁੜੇ ਔਰ ਉਸ ਵੈਲਿਊਸ ਦੀ ਮਹੱਤਤਾ ਨੂੰ ਸਮਝਦੇ ਹੋਏ ਅੱਗੇ ਵਧੀਏ। ਤੋ ਇਹ ਬਹੁਤ ਅੱਛਾ ਇੱਕ ਕਦਮ ਹੈ ਔਰ ਸਾਨੂੰ ਸਾਰਿਆਂ ਨੂੰ ਇਸ ਨੂੰ ਸਪੋਰਟ ਕਰਨਾ ਚਾਹੀਦਾ ਹੈ ਔਰ ਪਾਰਟੀਸੀਪੇਟ ਕਰਨਾ ਚਾਹੀਦਾ ਹੈ। ਆਪਣੇ ਸੁਝਾਅ ਹਰੇਕ ਕੋਈ ਇੰਡੀਪੈਂਡੈਂਟ ਹੋ ਕੇ ਉੱਥੇ ਦੇਵੇ, ਕਿਸੇ ਨੂੰ ਘਬਰਾਉਣ ਦੀ ਇਹਦੇ 'ਚ ਕੋਈ ਜ਼ਰੂਰਤ ਨਹੀਂ ਆ, ਪਰ ਜਿੰਨਾ ਆਪਣਾ ਸਹਿਯੋਗ ਅਸੀਂ ਦੇਵਾਂਗੇ ਆਪਣੀ ਕੌਮ ਲਈ ਦੇਵਾਂਗੇ। ਕੀ ਲੱਗਦਾ ਤੁਹਾਨੂੰ ਕਿ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਪਹਿਲ ਕੀਤੀ ਗਈ ਹੈ ਔਰ ਹੁਣ ਅਗਰ ਕਮੇਟੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਕਿ ਦਿੱਲੀ ਦੀ ਉਹਦੇ ਵਿੱਚ ਰਹਿਨੁਮਾਈ ਤੁਹਾਨੂੰ ਲੱਗਦਾ ਕਿ ਰਹਿਣੀ ਚਾਹੀਦੀ ਹੈ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ, ਇੱਕ ਵੱਖਰੀ ਬੋਡੀ ਹੈ ਔਰ ਦਿੱਲੀ ਦੇ ਸਿੱਖਾਂ ਦੀ ਜਿਹੜੀ ਇਹ ਰਹਿਨੁਮਾਈ ਕਰਦੀ ਹੈ, ਅਗਰ ਤੁਹਾਨੂੰ ਲੱਗਦਾ ਕਿ ਉਸਦੇ ਵਿੱਚ ਉਸਦੇ ਵੀ ਜਿਹੜੇ ਨੁਮਾਇੰਦਿਆਂ ਨੂੰ ਜਾਣਾ ਚਾਹੀਦਾ?
ਦਿੱਲੀ ਵੀ ਇੱਕ ਉਹਦਾ ਇੱਕ ਹਿੱਸਾ ਹੋਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਵੀ ਇੱਕ ਜਿਹੜੇ ਆ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅੱਜ ਨਹੀਂ ਤਾਂ ਪਰ ਕਿਸੇ ਵੇਲੇ ਇੱਕ ਬਹੁਤ ਅੱਛੇ ਸਟੈਂਡਰਡ ਦੇ ਉੱਤੇ ਚੱਲ ਰਹੇ ਸਨ, ਜਿਸ ਦਾ ਐਕਸਪੀਰੀਅੰਸ ਸਭ ਨੂੰ ਹੈ, ਔਰ ਸਾਡੇ ਤੋਂ ਜਿਹੜੇ ਪਾਸ ਹੋਏ ਉਸ ਵੇਲੇ ਦੇ ਬੱਚੇ ਨੇ ਉਹ ਅੱਛੀ ਪਲੇਸਮੈਂਟ ਦੇ ਉੱਤੇ ਹੈਗੇ ਨੇ, ਉਹਨਾਂ ਦਾ ਵੀ ਆਪਣਾ ਸਹਿਯੋਗ ਆਪਣੇ ਖੁੱਲ੍ਹ ਕੇ ਦੇਣਾ ਚਾਹੀਦਾ ਹੈ। ਇਸ ਵੇਲੇ ਜਿਹੜਾ ਹਰ ਸਟੇਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਕੂਲ ਖੋਲ੍ਹੇ ਗਏ ਨੇ, ਪਰ ਉਹਨਾਂ ਦੀ ਜਿਹੜੀ ਕੁਆਲਿਟੀ ਆ, ਉਹਨਾਂ ਦਾ ਨੰਬਰ ਹੈ, ਉਹ ਇੰਨਾ ਜ਼ਿਆਦਾ ਨਹੀਂ ਹੈ। ਲੇਕਿਨ ਅਗਰ ਅਸੀਂ ਸੰਸਥਾ ਦੇਖੀਏ, ਬੜੂ ਸਾਹਿਬ ਦੇਖੀਏ, ਕਲਗੀਧਰ ਟਰੱਸਟ ਦੇ ਨਾਲ ਜੋ ਚੱਲ ਰਹੀ ਹੈ, ਉਹਨਾਂ ਨੇ ਹਾਲੇ 130 ਸਕੂਲ ਆਪਣੇ ਜਿਹੜੇ ਬਣਾਏ ਨੇ, ਔਰ ਉਹਨਾਂ ਵਿੱਚ ਠੀਕ ਹੈ ਕੁਛ ਕਮੀਆਂ ਹੋ ਸਕਦੀਆਂ ਨੇ, ਉਹ ਲੈਵਲ ਨਹੀਂ ਹੋ ਸਕਦਾ ਕੋਈ ਚੀਜ਼ 'ਤੇ, ਲੇਕਿਨ ਉਹ ਜਿਹੜਾ ਧਾਰਮਿਕ ਸ਼ਿਕਸ਼ਾ ਦੇ ਉੱਤੇ ਜਿਹੜਾ ਉਹ ਪਹਿਰਾ ਦੇ ਰਹੇ ਨੇ, ਉਹ ਬਹੁਤ ਅੱਛੇ ਇੱਕ ਕੁਆਲਿਟੀ ਦਾ ਹੈ, ਔਰ ਉਹਦੇ ਨਾਲ ਉਹਨਾਂ ਨੂੰ ਵੀ ਸਫਲਤਾ ਮਿਲ ਰਹੀ ਹੈ, ਉਹ ਮੈਨੇਜ ਕਰ ਰਹੇ ਨੇ ਕਿਸੇ ਤਰ੍ਹਾਂ। ਸਭ ਦਾ ਸਹਿਯੋਗ ਇਸ ਵਿੱਚ ਚਾਹੀਦਾ ਹੈ, ਕਿਸੇ ਨੂੰ ਆਪਣੀ ਹਰ ਪਾਰਟੀ ਤੋਂ ਅੱਗੇ ਉੱਠ ਕੇ ਇਸ ਵਿੱਚ ਪਾਰਟੀਸਪੇਟ ਕਰੋ, ਔਰ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਸਨੂੰ ਇੱਕ ਅੱਛਾ ਐਜੂਕੇਸ਼ਨ ਕੰਪਲੀਟ ਗੁਰਸਿੱਖ ਬਣਾ ਕੇ ਕੱਢੀਏ। ਅਗਰ ਗੁਮਨ ਸਾਹਿਬ ਗੱਲ ਕਰੀਏ ਤਾਂ ਆਪ ਜੀ ਨੂੰ ਵੀ ਕਾਫੀ ਜਿਹੜਾ ਤਜਰਬਾ ਹੈ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਜਾਪ ਸੇਵਾਵਾਂ ਨਿਭਾ ਚੁੱਕੇ ਹੋ, ਅਗਰ ਆਪ ਜੀ ਨੂੰ ਮੌਕਾ ਮਿਲਦਾ ਹੈ, ਆਪ ਜੀ ਨੂੰ ਬੁਲਾਇਆ ਜਾਂਦਾ ਹੈ, ਬੁੱਧੀ ਜਿਹੜੀ ਉਹਨੂੰ ਜਿਹੜੀ ਕਮੇਟੀ ਬਣਾਉਣ ਜਾ ਰਹੇ ਨੇ, ਤਾਂ ਕਿ ਆਪ ਜੀ ਉਹਦੇ ਸੇਵਾ ਦੇਣਾ ਚਾਹੋਗੇ? ਹਾਂ, ਮੈਨੂੰ ਬਹੁਤ ਖੁਸ਼ੀ ਹੋਏਗੀ ਕਿਉਂਕਿ ਮੈਂ ਵੀ ਆਪਣੀ ਕੌਮ ਲਈ ਕੋਈ ਹਿੱਸਾ ਪਾਉਣ ਦੇ ਲਾਇਕ ਹੋਇਆ ਹਾਂ। ਇਹ ਸੇਵਾ ਵਾਸਤੇ ਮੈਂ ਜ਼ਰੂਰ ਅਰਦਾਸ ਵੀ ਕਰਾਂਗਾ, ਔਰ ਲੇਕਿਨ ਅਗਰ ਨਾ ਵੀ ਮਿਲਿਆ ਤਾਂ ਮੈਂ ਆਪਣਾ ਸੁਝਾਅ ਜ਼ਰੂਰ ਉਹਨਾਂ ਕੋਲ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਜ਼ਰੂਰ ਪਹੁੰਚਾਵਾਂਗਾ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਤੁਸੀਂ ਦੇਖਿਆ ਕਿ ਸਰਦਾਰ ਕੁੰਮਨ ਜੀ ਨੇ ਕਿਹਾ ਹੈਗਾ ਕਿ ਜਿਸ ਤਰੀਕੇ ਨਾਲ ਸਿੱਖ ਐਜੂਕੇਸ਼ਨ ਬੋਰਡ ਜਿਹੜਾ ਬਣਨ ਜਾ ਰਿਹਾ ਤਾਂ ਬਹੁਤ ਹੀ ਜਿਹੜਾ ਸ਼ਲਾਘਾਯੋਗ ਕਦਮ ਹੈ, ਔਰ ਅਗਰ ਉਸਦੇ ਵਿੱਚ ਉਹਨਾਂ ਨੂੰ ਵੀ ਸੇਵਾ ਨਿਭਾਉਣ ਦਾ ਮੌਕਾ ਮਿਲਦਾ ਹੈ ਤਾਂ ਜ਼ਰੂਰ ਉਹਦੇ ਸੇਵਾ ਨਿਭਾਉਣਗੇ। ਨਾਲ ਦੇ ਨਾਲ ਉਹਨਾਂ ਨੇ ਦੱਸਿਆ ਕਿ ਜਿਹੜਾ ਐਜੂਕੇਸ਼ਨ ਦਾ ਸਤਰ ਹੈ ਸਾਡੇ ਵਿੱਦਿਅਕ ਸਿੱਖ ਵਿੱਦਿਅਕ ਅਦਾਰਿਆਂ ਦਾ, ਉਸ ਨੂੰ ਕਿਸ ਤਰ੍ਹਾਂ ਉੱਚਾ ਲਿਜਾਇਆ ਜਾ ਸਕਦਾ, ਜਿਹੜੀਆਂ ਕਮੀਆਂ ਨੇ ਦੂਰ ਕਰਨੀਆਂ ਪੈਣਗੀਆਂ, ਔਰ ਖਾਸ ਤੌਰ 'ਤੇ ਜਿਹੜੇ ਧਾਰਮਿਕ ਵਿੱਦਿਆ ਜਾਂ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੇ ਉੱਤੇ ਖਾਸ ਤੌਰ 'ਤੇ ਜ਼ੋਰ ਦਿੱਤਾ ਜਾਏਗਾ, ਤਦ ਹੀ ਜਿਹੜਾ ਇਹਦਾ ਸਤਰ ਜਿਹੜਾ ਉੱਚਾ ਜਾ ਸਕਦਾ ਹੈ।